ਪੜਗਾ ਜੀ ਮੇਰਾ ਕਿਹੜੀ ਜਗ੍ਹਾ ਤੇ ਤੁਹਾਡੀ ਹੈ ਪੁਤਲੀ ਘਰ ਆਰਾਮ ਤੇ ਰੋਡ ਇਲੈਕਟ੍ਰੋਨਿਕ ਦਾ ਗਡਾਊਨ ਹੈ ਪਿੱਛੇ ਸ਼ੋਰੂਮ ਅੱਗੇ ਸਰ ਕਿੰਨਾ ਨੁਕਸਾਨ ਹੋ ਗਿਆ ਲਗਭਗ 9 ਕਰੋੜ ਦਾ ਮਾਲ ਹੈਗਾ ਸੀ ਤੇ ਕੋ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗਾ ਕਿਉਂ ਲੱਗ ਗਈ ਹੈ ਸ਼ਾਰਟ ਸਰਕਟ ਹੋਇਆ ਸ਼ਾਰਟ ਸਰਕਟ ਨਾਲ ਕੋਈ ਨੁਕਸਾਨ ਤੇ ਨਹੀਂ ਆਇਆ ਨਹੀਂ ਨਹੀਂ ਬਚਾਓ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਰ ਲੇਟ ਆਈਆਂ ਹਾਂ ਚਲੋ ਕੋਈ ਗੱਲ ਜੋ ਹੋ ਗਿਆ ਉਹਨੂੰ ਤੇ ਜੀ ਮੇਰਾ ਨਾਮ ਹਰਸ਼ ਹੈ ਅਸੀਂ ਸੇਵਾ ਸਾਡੀ ਫਾਰਗੇਟ ਅਵਸਥੇ ਰਾਮ ਤੋਂ ਆਏ ਹਾਂ ਸਾਨੂੰ ਥੋੜ੍ਹੀ ਦੇਰ ਪਹਿਲਾਂ ਤਣਾਅ ਮਿਲੀ ਸੀ ਗਵਾਲ ਮੰਡੀ ਚੌਂਕ ਦੇ ਵਿੱਚ ਗਲੀ ਨੰਬਰ 3 ਦੇ ਵਿੱਚ ਕਿਸੇ ਜਗ੍ਹਾ ਦੇ ਅੱਗ ਲੱਗੀ ਆ ਜਦੋਂ ਅਸੀਂ ਮੌਕੇ ਦੇ ਰਸਤੇ ਵਿੱਚ ਪਹੁੰਚੇ ਹਾਂ ਅਤੇ ਗੱਡੀ ਕੱਢਣ ਲੱਗੇ ਸਾਨੂੰ ਇੱਥੋਂ ਦੇ ਜਿਹੜੇ ਸਮਾਜ ਸੇਵਕ ਨੇ ਵਰੁਣ ਫਰੀਦ ਉਹਨਾਂ ਦਾ ਟੈਲੀਫੋਨ ਆਇਆ ਕਿ ਅਸੀਂ ਉਹ ਜਿਹੜਾ ਤੁਸੀਂ ਗੱਡੀਆਂ ਮੌਕੇ ਦੇ ਕਰ ਦਿੱਤੀਆਂ ਗੱਡੀਆਂ ਸੇਵਾ ਸਾਡੀ ਫਾਰਗੇਟ ਦੀਆਂ ਗੱਡੀਆਂ ਮੌਕੇ ਦੇ ਪਹੁੰਚ ਚੁੱਕੀਆਂ ਸੀ 5 ਗੱਡੀਆਂ 6 ਗੱਡੀਆਂ ਲੱਗੀਆਂ ਹੋਈਆਂ ਜਿਹੜੇ ਕਿ ਅੱਗ ਕਰਨ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਅੱਗ ਕਿੱਥੇ ਲੱਗੀ ਆ ਕਿਸ ਚੀਜ਼ ਦੀ ਫੈਕਟਰੀ ਅੰਦਰ ਜਿਹੜੇ ਫਰਿੱਜ ਪਏ ਹੋਏ ਆ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਦੀ ਗੈਸ ਵੀ ਲੀਕ ਹੋ ਰਹੀ ਹੈ ਬਾਕੀ ਅੱਗ ਬੁਝਾਉਣ ਦੀ ਕੋਸ਼ਿਸ਼ ਜਦੋਂ ਦੇ ਆਏ ਆ ਉਦੋਂ ਦੇ ਅੱਗ ਬੁਝਾਉਣ ਦੀ ਕੋਸ਼ਿਸ਼ ਸਰ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਕੋਈ ਅਜੇ ਤੱਕ ਜਾਨੀ ਨੁਕਸਾਨ ਦੀ ਸਾਨੂੰ ਕੋਈ ਖਬਰ ਨਹੀਂ ਹੈ ਜੀ ਕਿੰਨੀ ਵੀ ਧਿਆਨ ਦੇ ਅੱਗ ਤੇ ਬਹੁਤ ਧਿਆਨ ਰੱਖੀ ਜੀ ਧੂਆ ਇੰਨਾ ਕਿ ਸੀ ਆਵਾਜ਼ ਚੱਲਦੇ ਆ ਧੂਆ ਤੇ ਬਰਦਾਸ਼ਤ ਹੀ ਨਹੀਂ ਸੀ ਹੋ ਰਿਹਾ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਕਾਬੂ ਨਹੀਂ ਪਾਇਆ ਗਿਆ ਬੰਦੇ ਸਾਡੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਆ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਅੰਦਰ ਨਹੀਂ ਵੜਿਆ ਜਾ ਰਿਹਾ ਬਾਕੀ ਅੱਗ ਤੇ ਕੰਟਰੋਲ ਅੱਗੇ ਘੱਟੇ ਤੱਕ ਹੋਰ ਕਰ ਲਿਆਂਗੇ ਬੜੀਆਂ ਲੇਟ ਆਈਆਂ ਜੀ ਭਾਜੀ ਸਾਨੂੰ ਤੇ ਕਿਸੇ ਕਲਾ ਆਈ ਅਸੀਂ ਤਾਂ ਉੱਥੇ ਦੇ ਸਾਨੂੰ ਵਰੁਣ ਫਰੀਦ ਸਮਾਜ ਸੇਵਕ ਦਾ ਫੋਨ ਆਇਆ ਅਸੀਂ ਉਸੇ ਲਈ ਗੱਡੀ ਕਰਤੀ ਬਾਕੀ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਕਿ ਕਦੋਂ ਕਲਾ ਦਿੱਤੀ ਕਦੋਂ ਨਹੀਂ ਦਿੱਤੀ ਸਾਨੂੰ ਪਿਛਲੇ ਕਲਾ ਆਈ ਅਸੀਂ ਉਸੇ ਲਈ ਗੱਡੀ ਕਰਦੇ ਧੰਨਵਾਦ ਜੀ ਦੇਖੋ ਜਿਹੜੀ ਅੱਗ ਲੱਗੀ ਆ ਉਹ ਸ਼ਾਰਟ ਸਰਕਟ ਕਹਿ ਰਹੇ ਹੋਏ ਆ ਕਾਫੀ ਦੀ ਗੱਲ ਕਿਸ ਨੂੰ ਦੇਗੀ ਅੱਗ ਬਹੁਤ ਜ਼ਿਆਦਾ ਹੈ ਜਿੰਨਾ ਇਹ ਅੱਗ ਬੁਝਾਉਣ ਦਾ ਕੰਮ ਜਿਹੜਾ ਵਾ ਚੱਲਣ ਰਿਹਾ ਉਹ ਕਰ ਲਈਏ ਮੈਡਮ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਮੇਰੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰਮਾਤਮਾ ਕਰੇ ਨਾ ਹੋਵੇ ਨੁਕਸਾਨ ਕਿੰਨਾ ਕੁ ਹੋ ਗਿਆ ਮੈਡਮ ਕੋਈ ਨੁਕਸਾਨ ਦੇਖੋ ਇਹ ਜਿਹਦਾ ਨੁਕਸਾਨ ਹੋਇਆ ਉਹੀ ਦੱਸ ਸਕਦਾ ਸਾਰੀ ਸਾਰੀ ਪਤਾ ਲੱਗਾ ਕਾਦੀ ਫੈਕਟਰੀ ਸੀ ਮੈਮੇ ਫਰਿੱਜਾਂ ਫਰਿੱਜਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਫੈਕਟਰੀ ਸੀ ਉਹ ਫੈਕਟਰੀ ਸੀ ਇਲੈਕਟ੍ਰੋਨਿਕ ਦੇ ਵਿੱਚ ਧੰਨਵਾਦ ਮੈਡਮ ਹਨ ਮਾਨ